ਲੰਡਨ ਇੱਕ ਜੀਹਾ মহানগর ਜਿੱਥੇ ਵੱਖ-ਵੱਖ ਦੇਸ਼ਾਂ ਤੇ ਸਭਿਆਚਾਰਾਂ ਦੇ ਲੋਕ ਨਵੇਂ ਮੌਕਿਆਂ ਤੇ ਚੰਗੇ ਜੀਵਨ ਦੀ ਉਮੀਦ ਲੈ ਕੇ ਆਉਂਦੇ ਨੇ ਇਹਨਾਂ ਦੇ ਵਿੱਚ ਦੱਖਣੀ ਏਸ਼ੀਆਈ ਮੂਲ ਦੇ ਲੋਕ ਵੀ ਸ਼ਾਮਲ ਨੇ ਜਿਨ੍ਹਾਂ ਦੇ ਵਿੱਚੋਂ ਕਈ ਹਮੇਸ਼ਾ ਦੇ ਲਈ ਇੱਥੇ ਵਸਣਾ ਚਾਹੁੰਦੇ ਨੇ ਪਰ ਦੂਰ ਤੋਂ ਦੇਖੇ ਗਏ ਸੁਨਹਿਰੇ ਸੁਪਨਿਆਂ ਦਾ ਸਾਹਮਣਾ ਇੱਕ ਕੋੜੀ ਸੱਚਾਈ ਦੇ ਨਾਲ ਹੋਣ ਦੇ ਵਿੱਚ ਜ਼ਿਆਦਾ ਵਕਤ ਨਹੀਂ ਲੱਗਦਾ ਸ਼ੌਂਟ ਸਾਲ ਦੇ ਅਨੂਪ ਟੱਲੂ ਅਤੇ ਉਹਨਾਂ ਦੀ ਪਤਨੀ ਰਾਣੀ ਆਪਣੇ ਘਰ ਦਾ ਸਮਾਨ ਇਕੱਠਾ ਕਰਕੇ ਆਪਣੇ ਪੁੱਤ ਦੇ ਘਰ ਸ਼ਿਫਟ ਹੋਣ ਦੀ ਤਿਆਰੀ ਕਰ ਰਹੇ ਨੇ ਬ੍ਰਿਟੇਨ ਦੇ ਵਿੱਚ ਆਮ ਚੋਣਾਂ ਦੇ ਬਾਅਦ ਲੇਬਰ ਪਾਰਟੀ ਦੀ ਸਰਕਾਰ ਬਣਨ ਦੀ ਸੰਭਾਵਨਾ ਦੇ ਕਰਕੇ ਉਹਨਾਂ ਦੇ ਪੁੱਤ ਨੇ ਯੂਕੇ ਤੋਂ ਦੁਬਈ ਸ਼ਿਫਟ ਹੋਣ ਦਾ ਫੈਸਲਾ ਕੀਤਾ ਹੈ ਮੰਨਿਆ ਜਾ ਰਿਹਾ ਹੈ ਕਿ ਨਵੀਂ ਸਰਕਾਰ ਟੈਕਸ ਵਧਾ ਸਕਦੀ ਹੈ ਇਸ ਦੇਸ਼ ਵਿੱਚ ਟੈਕਸ ਨੂੰ ਲੈ ਕੇ ਕਾਫੀ ਬੇਪਰੋਸਗੀ ਹੈ ਅਗਲੇ ਹਫਤੇ ਆਉਣ ਵਾਲੀ ਨਵੀਂ ਸਰਕਾਰ ਦੇ ਬਾਰੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਸਕੂਲ ਫੀਸ ਵਿੱਚ ਵਾਅਦਾ ਕਰੇਗੀ ਇਸ ਦੇ ਨਾਲ ਉਹਨਾਂ ਦੇ ਜੀਵਨ ਜਿਉਣ ਦੇ ਖਰਚੇ ਖਾਸ ਕਰਕੇ ਬੱਚਿਆਂ ਦੇ ਖਰਚੇ ਤੇ ਅਸਰ ਪਵੇਗਾ ਇਹ ਵੀ ਡਰ ਹੈ ਕਿ ਨਵੀਂ ਸਰਕਾਰ ਉਹਨਾਂ ਦੇ ਕਾਰੋਬਾਰ ਤੇ ਹੋਣ ਵਾਲੀ ਆਮਦਨ ਉੱਪਰ ਟੈਕਸ ਲਗਾ ਦੇਵੇਗੀ ਐਂਡ ਯੂ ਥਿੰਕ ਆਪਕੋ ਲਗਤਾ ਹੈ ਕਿ ਉਹਨਕੇ ਬੱਚੋ ਕੋ ਜੋ ਨਿਜੀ ਸਿੱਖਿਆ ਮਿਲ ਰਹੀ ਹੈ ਕੀ ਉਹ ਵੀ ਮਹਿੰਗੀ ਹੋ ਜਾਏਗੀ ਉਹ ਇਹ ਦਾ 20% ਹਾਂ ਬਿਲਕੁਲ ਸਕੂਲ ਫੀਸ ਤੇ 20% ਵੈਟ ਲਗਾਉਣ ਨਾਲ ਪੁੱਤਰ ਦੇ ਖਰਚੇ ਵਿੱਚ ਵਾਧਾ ਹੋਵੇਗਾ ਉਹ ਨੌਜਵਾਨ ਹੈ ਜੀਵਨ ਚਲਾਉਣ ਲਈ ਕਰੜੀ ਮਿਹਨਤ ਕਰ ਰਿਹਾ ਹੈ ਸਾਨੂੰ ਇਹ ਠੀਕ ਨਹੀਂ ਲੱਗਦਾ ਕਿਉਂਕਿ ਇਹ ਇੱਕ ਸਿਆਸੀ ਫੈਸਲਾ ਹੈ ਅਤੇ ਸਹੀ ਨਹੀਂ ਅਨੂਪ ਟੱਲੂ 1970 ਦੇ ਵਿੱਚ 10 ਸਾਲ ਦੀ ਉਮਰ ਦੇ ਵਿੱਚ ਪੰਜਾਬ ਤੋਂ ਬ੍ਰਿਟੇਨ ਆਏ ਸਨ ਕਈ ਸਾਲ ਮਿਹਨਤ ਕਰਨ ਦੇ ਬਾਅਦ ਉਹ ਜੁੱਤੀਆਂ ਦਾ ਕਾਰੋਬਾਰ ਕਰਨ ਦੇ ਵਿੱਚ ਕਾਮਯਾਬ ਹੋਏ ਪਰ ਅੱਜ ਦੱਖਣੀ ਏਸ਼ੀਆ ਤੋਂ ਯੂਕੇ ਆ ਰਹੇ ਲੋਕਾਂ ਦੇ ਲਈ ਉਹਨਾਂ ਨੂੰ ਫਿਕਰ ਹੁੰਦੀ ਹੈ। ਉਹ ਸੰਘਰਸ਼ ਕਰ ਰਹੇ ਨੇ ਕਿਉਂਕਿ ਇਹਨਾਂ ਦੇਸ਼ਾਂ ਵਿੱਚ ਬਿਨਾਂ ਕੰਮ ਦੇ ਰਹਿਣ ਦੀ ਲਾਗਤ ਬਹੁਤ ਜ਼ਿਆਦਾ ਹੈ। ਇੱਥੇ ਆਉਣ ਵਾਲੇ ਇਹਨਾਂ ਲੋਕਾਂ ਵਿੱਚੋਂ ਜ਼ਿਆਦਾਤਰ ਲੋਕਾਂ ਕੋਲ ਆਪਣਾ ਘਰ ਨਹੀਂ ਹੁੰਦਾ। ਨੌਕਰੀ ਦੇਣ ਵਾਲੇ ਉਹਨਾਂ ਦੇ ਹਾਲਾਤਾਂ ਦਾ ਫਾਇਦਾ ਚੁੱਕ ਕੇ ਉਹਨਾਂ ਦਾ ਸ਼ੋਸ਼ਣ ਕਰਦੇ ਨੇ। ਉਹਨਾਂ ਇਸ ਦੇਸ਼ ਵਿੱਚ ਆਉਣ ਲਈ ਕਰਜ਼ਾ ਲਿਆ ਹੈ। ਸਭ ਤੋਂ ਪਹਿਲਾਂ ਉਹਨਾਂ ਲਈ ਇਸ ਕਰਜ਼ੇ ਨੂੰ ਉਤਾਰਨਾ ਨਾ ਮੁਮਕਿਨ ਹੋ ਜਾਂਦਾ ਹੈ। ਫਿਰ ਉਹਨਾਂ ਦੇ ਮਾਤਾ ਪਿਤਾ ਦੇ ਸਾਹਮਣੇ ਇਹ ਸਵੀਕਾਰ ਕਰਨਾ ਇੱਕ ਕਲੰਕ ਵਾਂਗ ਹੋ ਜਾਂਦਾ ਹੈ ਕਿ ਉਹਨਾਂ ਨੇ ਇੱਥੇ ਆ ਕੇ ਕਰਜਾ ਲੈ ਕੇ ਗਲਤੀ ਕੀਤੀ 4 ਜੁਲਾਈ ਨੂੰ ਹੋਣ ਵਾਲੀਆਂ ਬ੍ਰਿਟੇਨ ਦੀਆਂ ਚੋਣਾਂ ਦੇ ਵਿੱਚ ਟੈਕਸ ਦੇ ਵਿੱਚ ਸੰਭਾਵੀ ਵਾਅਦੇ ਦੇ ਨਾਲ-ਨਾਲ ਵੱਡਾ ਮੁੱਦਾ ਇਮੀਗ੍ਰੇਸ਼ਨ ਦਾ ਹੈ ਪ੍ਰਧਾਨ ਮੰਤਰੀ ਅਤੇ ਕੰਜ਼ਰਵੇਟਿਵ ਆਗੂ ਰਿਸ਼ੀ ਸੂਨਕੀ ਲੇਬਰ ਆਗੂ ਅਤੇ ਪ੍ਰਧਾਨ ਮੰਤਰੀ ਬਣਨ ਦੇ ਦਾਵੇਦਾਰ ਕੀਅਰ ਸਟਾਰਮਰ ਦੇ ਨਾਲ ਹਾਲੀ ਦੇ ਵਿੱਚ ਇਮੀਗ੍ਰੇਸ਼ਨ ਤੇ ਇੱਕ ਤਿੱਖੀ ਬਹਿਸ ਹੋਈ। ਇਸ ਬਹਿਸ ਦੇ ਵਿੱਚ ਸਟਾਰਮਰ ਨੇ ਸੂਨਤ ਦੀ ਯੂਕੇ ਦੇ ਵਿੱਚ ਸ਼ਰਨ ਮੰਗਣ ਵਾਲੇ ਲੋਕਾਂ ਨੂੰ ਰਮਾਂਡਾ ਭੇਜਣ ਦੀ ਯੋਜਨਾ ਤੇ ਸਵਾਲ ਚੁੱਕੇ ਤਾਂ ਉਦੋਂ ਸੂਨਤ ਨੇ ਸਟਾਰਮਰ ਤੋਂ ਵਾਰ-ਵਾਰ ਪੁੱਛਿਆ ਕਿ ਉਹ ਇਸ ਮੁੱਦੇ ਨੂੰ ਕਿਵੇਂ ਸੁਲਝਾਉਣਗੇ? ਦੱਖਣੀ ਏਸ਼ੀਆਈ ਲੋਕਾਂ ਦੇ ਲਈ ਬ੍ਰਿਟੇਨ ਦੇ ਵਿੱਚ ਆ ਕੇ ਆਪਣੇ ਪੈਰ ਜਮਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। करीब दो साल पहला गुजरात तो यूके विजय हिंगू एक रेस्टोरेंट चलाते हैं ब्रिटेन के दखनी एशियाई लोग खास करके भारतीयों होने वाली मुश्किलों तो वो काफ़ी वाकफ ने जो अपने मन में ये सोचते हैं कि हम यूके जाके बहुत बड़ा नाम कर लेंगे अपनी फैमिली को खुश रखेंगे घर बनाएंगे बहुत बड़े लोग होंगे ये बिल्कुल झूठ बात है मैं अपने एक एक एक्सपीरियंस के हिसाब से आपको बता रहा हूँ जो मैंने अभी तक देखा है वैसा कुछ याद नहीं है एक्सेप्ट पाँच परसेंट लोगों का आप छोड़ दो जो बहुत ज़्यादा होशियार है कुछ ना कुछ उसका जुगाड़ बन गया या फिर उनके किस्मत अच्छे है बाकी नाइन्टी फाइव परसेंट लोग यहाँ पर आके परेशान होते हैं कि वहाँ पर बहुत सारे एजेंट बैठे हुए हैं अपने इंडिया में वो लोग सपने दिखाते हैं कि आप मुझे पच्चीस लाख दो तीस लाख दो हम आपको भेज देंगे यूके में या तो स्टूडेंट में या तो केरल में एक पाउंड का सौ रुपया मिलता है वो बोलने के लिए बहुत अच्छा लगता है लेकिन वही एक पाउंड यहाँ पर कमाने के लिए ਕਿਆ ਉਨਕੋ ਪਾਪੜ ਭਿਲਨੇ ਪੜਤੇ ਹੋ ਆਪ ਸਮਝ ਸਕਤੇ ਹੋ ਪ੍ਰੋਫੈਸਰ ਸੁਬੀਰ सिन्हा ਸੋ ਆਸ ਯੂਨੀਵਰਸਿਟੀ ਲੰਡਨ ਦੇ ਵਿੱਚ ਦਖਣੀ ਏਸ਼ੀਆ ਇੰਸਟੀਚਿਊਟ ਦੇ ਡਾਇਰੈਕਟਰ ਨੇ ਉਹ ਕਹਿੰਦੇ ਨੇ ਕਿ ਬ੍ਰਿਟੇਨ ਦੇ ਵਿੱਚ ਰਹਿਣ ਵਾਲੇ ਦਖਣੀ ਏਸ਼ੀਆਈ ਲੋਕਾਂ ਦੇ ਲਈ ਮਹਿੰਗਾਈ ਅਤੇ ਬੇਰੋਜ਼ਗਾਰੀ ਦੇ ਮੁੱਦੇ ਉਨੇ ਹੀ ਅਹਿਮ ਨੇ ਜਿੰਨੇ ਬ੍ਰਿਟਿਸ਼ ਮੂਲ ਦੇ ਨਾਗਰਿਕਾਂ ਦੇ ਲਈ ਅਹਿਮ ਨੇ पर भारत पाकिस्तान बंग्लादेश श्रीलंका वर्गे देशों तो आने वाले लोगों के लिए वाला मुद्दा इमीग्रेशन दायी है अभी जो फिलहाल एंटी इमीग्रेंट मूड चल रहा है ब्रिटिश पॉलिटिक्स के अंदर हर पार्टी तो नहीं मगर लेबर ये कंज़र्वेटिव पार्टी पार्ट पार्ट और ऋषि सिन्हा खुद भी वो बड़े फख्र से कहते हैं कि हमने तो और नंबर घटा दिए जो पीएचडी स्टूडेंट है वो अपने फैमिली को लेके नहीं आ सकते या जो नर्सिंग के लिए आते हैं वो फैमिली के लिए लेके नहीं आ सकते इमिग्रेंट्स के प्रति हमारा जो रवैया है और रुख है हमने उसको और एक तरह से हार्ड कर दिया है वो साउथ एशियन या नॉन वाइट ब्रिटिश पॉपुलेशन के लिए एक इम्पोर्टेंट मुद्दा है लेकिन मैं ये भी कह दूँ कि जनरल पॉपुलेशन में लिमिटेड इमिग्रेशन के लिए सपोर्ट है ख्याती बरिया मुंबई ਦੇ ਵਿੱਚ MBA ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਕਰੀਬ 5 ਮਹੀਨਿਆਂ ਪਹਿਲਾਂ ਬ੍ਰਿਟੇਨ ਆਏ ਸੀ ਉਹ ਫਿਲਹਾਲ ਇੱਕ ਰੈਸਟੋਰੈਂਟ ਦੇ ਵਿੱਚ ਕੰਮ ਕਰ ਰਹੇ ਨੇ ਅਤੇ ਭਵਿੱਖ ਦੇ ਵਿੱਚ ਉਹ ਆਪਣਾ ਖੁੱਦ ਦਾ ਰੈਸਟੋਰੈਂਟ ਖੋਲਣ ਦਾ ਸੁਪਨਾ ਦੇਖਦੇ ਨੇ ਯਹਾਂ ਪੇ ਆਪਕੋ ਘਰ ਇਤਨੇ ਮਹਿੰਗੇ ਮਿਲ ਰਹੇ ਕਿ ਅਗਰ ਆਪ ਸ਼ੇਅਰਿੰਗ ਮੇਂ ਵੀ ਰਹਿ ਰਹੇ ਹੋ ਇਟਸ ਵੇ ਡਿਫਿਕਲਟ ਫਰਦਰ ਇਨਹੇ ਇਹ ਸੋਚਣਾ ਚਾਹੀਏ ਜੋ ਇਮੀਗ੍ਰੇਸ਼ਨਸ ਵਾਲੇ ਜੋ ਆ ਰਹੇ ਹਨ ਉਨ੍ਹਾਂ ਦਾ ਟੈਕਸ ਥੋੜਾ ਕਮ ਹੋ ਜਾਏ

उन्हें लगता है कि आने वाले दिनों में यह तय हो जाएगा कि दाना पानी और आशियाने की तलाश में परिंदों की तरह हजारों मील दूर से उड़कर आए ये लोग अपने ख्वाबों को हकीकत में बदल पाएंगे या नहीं वीडियो जर्नलिस्ट देवाशीष कुमार के साथ राघवेंद्र राव बीबीसी